ਖਰੜ ਸਿਟੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਚਿੱਟੇ ਦੇ ਨਸ਼ੇ ਸਮੇਤ ਇੱਕ ਲੜਕੀ ਅਤੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਸਿਟੀ ਖਰੜ ਦੇ SHO ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਨਮ ਅਸ਼ਟਮੀ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ, ਜਿਸ ਦੌਰਾਨ ਬੱਸ ਸਟੈਂਡ ਰੋਡ ਖਰੜ ਤੋਂ ਲਾਂਡਰਾ ਵੱਲੋਂ ਇੱਕ ਲੜਕੀ ਤੇ ਵਿਅਕਤੀ ਨੂੰ ਪੈਦਲ ਚੱਲਦੇ ਵੇਖਿਆ ਗਿਆ, ਜੋ ਪੁਲਿਸ ਟੀਮ ਨੂੰ ਵੇਖ ਕੇ ਘਬਰਾ ਗਏ। ਸ਼ੱਕ ਦੇ ਆਧਾਰ ਤੇ ਜਦੋਂ ਇਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 14 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸ ਤੋਂ ਇਲਾਵਾ ਹੋਰ 2 ਲੋਕਾਂ ਨੂੰ ਵੀ NDPC ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ 2 ਦਿਨਾਂ ਦੀ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਗਏ ਹਨ। ਪੁਲਿਸ ਜਾਂਚ ਦੌਰਾਨ ਕਥੇ ਮੁਲਾਜ਼ਮਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਸਮੇਤ ਹੋਰ ਅਦਾਰਿਆਂ ਦੇ ਕਈ ਵਿਦਿਆਰਥੀਆਂ ਨੂੰ ਨਸ਼ੀਲਾ ਪਾਊਡਰ ਸਪਲਾਈ ਕਰਨ ਦੀ ਗੱਲ ਵੀ ਕਬੂਲੀ ਹੈ। 2 ਪਰਚੇ ਦਿੱਤੇ ਨੇ FI 186 ਤੇ 87 ਜਿਹੜੀਆਂ ਸਾਡੀ ਨੂੰ FIR ਨੇ, ਇਹਦੇ 'ਚ ਅਸੀਂ ਇੱਕ ਸੰਦੀਪ ਕੁਮਾਰ ਅਤੇ ਮਿਸ਼ਰਾ ਫੜੇ ਨੇ, ਜਿਹਨਾਂ ਕੋਲ 14 ਗ੍ਰਾਮ ਹਿਰਨ ਬਰਾਮਦ ਹੋਈ ਹੈ। ਇੱਕ ਆਸ਼ੀਸ਼ ਡੋਗਰਾ, ਇਹਦੇ ਕੋਲੋਂ ਅਸੀਂ ਬਰਾਮਦ ਕੀਤੀ ਹੈ 20 ਗ੍ਰਾਮ ਹਿਰਨ ਬਰਾਮਦ ਕੀਤੀ ਹੈ। ਇਹ ਦੋਨੋਂ ਹੀ ਪਾਸ ਆਊਟ ਨੇ CU ਯੂਨੀਵਰਸਿਟੀ ਦੇ, ਅਤੇ ਇਹ ਹੈ ਵੀ ਇਹ ਆਪ ਵੀ ਨਸ਼ਾ ਕਰਦੇ ਨੇ ਔਰ ਅੱਗੇ ਵੀ ਜਿਹੜਾ ਨਸ਼ਾ ਹੈ ਸਟੂਡੈਂਟਸ ਨੂੰ ਥੋੜ੍ਹਾ ਮੋਟਾ ਸਪਲਾਈ ਕਰੀ ਜਾਂਦਾ ਸੀ। ਅੱਗੇ ਬਾਕੀ ਤਫਤੀਸ਼ ਸਾਡੀ ਚੱਲ ਰਹੀ ਹੈ, ਜਿਹੜਾ ਅੱਗੇ ਕਿਹਦੇ ਕੋਲੋਂ ਮੇਨ ਬੰਦੇ ਦੋਸ਼ੀ ਤੋਂ ਲੈ ਕੇ ਆ ਰਹੇ ਨੇ, ਕੱਟ ਕੇ ਆ ਰਹੇ ਨੇ, ਉਹਨਾਂ ਤੱਕ ਵੀ ਅਸੀਂ ਜਿਹੜਾ ਹੈਗਾ ਉਹਨੂੰ ਫਾਇੰਡ ਆਊਟ ਕਰਾਂਗੇ। ਸਰ, ਪਤਾ ਲੱਗੇ ਜੀ ਕਿੰਨੇ ਕੁ ਦਿਨਾਂ ਤੋਂ ਇਹ ਨਸ਼ੇ ਦਾ ਧੰਦਾ ਜਿਹੜਾ ਹੈ ਸਟੂਡੈਂਟਾਂ ਨੂੰ ਸਪਲਾਈ ਕਰਨੇ ਦਾ ਕਰ ਰਹੇ ਨੇ? ਇਹ ਸਟੂਡੈਂਟ ਹਰ ਵਾਲੇ ਤਾਂ ਹਜੇ ਗੱਲ ਜਿਹੜੀ ਹੈਗੀ ਸਾਡੇ ਕੋਲ ਜਿਹੜਾ ਇਹ ਮਤਲਬ ਆਪ ਵੀ ਡਰੱਗੀ ਨੇ ਔਰ ਤਕਰੀਬਨ ਜਿਹੜੇ ਹੈ ਦੋ ਸਾਲ ਦੇ ਕੰਟੀਨਿਊ ਜਿਹੜਾ ਹੈਗਾ 3 ਸਾਲਾਂ ਦੇ ਡਰੱਗ ਜਿਹੜਾ ਡਰੱਗ ਪੀ ਰਹੇ ਨੇ। ਸਰ, ਤੁਸੀਂ ਕਿਹਾ ਕਿ ਇਹ ਪਹਿਲਾਂ ਸਟੂਡੈਂਟ ਰਹਿ ਚੁੱਕੇ, ਫਿਰ ਸਟੂਡੈਂਟ ਤੋਂ ਬਾਅਦ ਇਕੱਲਾ ਡਰੱਗਸ ਦਾ ਹੀ ਕੰਮ ਕਰਦੇ ਕਿ ਹੋਰ ਵੀ ਪਾਰਟ ਟਾਈਮ ਕੋਈ ਇਹਨਾਂ ਦੀ ਜੋਬ ਜਾਂ ਕੋਈ ਕੰਮ? ਫਿਲਹਾਲ ਇਹ ਦੱਸ ਰਹੇ ਵੀ ਅਸੀਂ ਜਿਹੜਾ ਹੈਗਾ ਯੂਨੀਵਰਸਿਟੀ 'ਚ ਜੋਬ ਵਾਸਤੇ ਅਸੀਂ ਕਰ ਰਹੇ ਹਾਂ ਇੱਥੇ, ਅਤੇ ਅਸੀਂ ਫਾਇੰਡ ਆਊਟ ਜੋਬ ਵਾਸਤੇ ਸਾਨੂੰ 2-3 ਜਗ੍ਹਾ 'ਤੇ ਲੜਕੀ ਨੇ ਵੀ ਜੋਬ ਕੀਤੀ ਹੈ, ਉਹ ਅਸੀਂ ਵੈਰੀਫਾਈ ਕਰਾਂਗੇ ਕਿੱਥੇ ਕਿੱਥੇ ਕੰਮ ਕੀਤਾ ਕਿਵੇਂ, ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ, ਅੱਗੇ ਇਹਨੂੰ ਅਸੀਂ ਪੁੱਛਗਿੱਛ ਸਾਰਾ ਵੈਰੀਫਾਈ ਕਰਾਂਗੇ। ਸਰ, ਇਕੱਲੇ ਇਹੀ ਹੈ ਕਿ ਕੁਛ ਹੋਰ ਵੀ ਇਹਨਾਂ ਦੇ ਕੋਈ ਹੋਰ ਉੱਪਰ ਗੈਂਗ ਲੀਡਰ ਕੋਈ ਜਿਹੜੇ ਇਹਨਾਂ ਨੂੰ? ਇਹ ਹਜੇ ਕਿਉਂਕਿ ਛੋਟੀ ਕੁਆਂਟਿਟੀ ਦਾ ਲੈ ਕੇ ਲੋਕਲਾਈਜ਼ ਕੋਈ ਸਮਾਨ ਲੈ ਕੇ ਅੱਗੇ ਇਹ ਆਪ ਪੀਂਦੇ ਸੀ, ਕੁਛ ਨਾ ਕੁਛ ਜਿਹੜਾ ਹੈਗਾ ਸਟੂਡੈਂਟਸ ਨੂੰ ਪੀਣ ਅੱਗੇ ਦੇ ਦਿੰਦੇ ਸੀ। ਸਰ, ਕਿਹੜੀ ਤਰ੍ਹਾਂ ਦੇ ਦਿਨ ਪਰਚਾ ਹੋਇਆ ਜੀ? 81-85 ਦੇ ਅੰਡੇ ਦੇ ਆਪਾਂ ਪਰਚਾ ਦੱਸ ਕੇ। ਖਰੜ ਤੋਂ ਡੇਵਿਡ ਵਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ TV NRI।